ਦੇ ਵਿੱਚ ਕਿਸਾਨ ਭਵਨ ਜਵਾਖਵਾ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ ਖਰਾਬ ਹੋਈ ਫਸਲਾਂ ਦੇ ਮੁਆਵਜ਼ੇ ਤੇ ਹੋਰ ਮੰਗਾਂ ਨੂੰ ਲੈ ਕੇ ਚਰਚਾ ਇਸ ਮੀਟਿੰਗ ਦੇ ਵਿੱਚ ਕਿਸਾਨ ਕਰਨਗੇ 32 ਤੋਂ ਵੱਧ ਕਿਸਾਨ ਜਥੇਬੰਦੀਆਂ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੀਆਂ ਕਿ 11 ਤੋਂ 13 ਸਤੰਬਰ ਤੱਕ ਕਿਸਾਨਾਂ ਨੇ ਸਿਆਸੀ ਆਗੂਆਂ ਦੀ ਰਿਹائش ਤੱਕ ਰਾਵ ਕਰਨ ਦਾ ਵੀ ਸੱਦਾ ਦਿੱਤਾ ਹੈ ਤਾਂ ਜੋ ਮੰਗਾ ਨੇ ਕਿਸਾਨਾਂ ਦੀਆਂ ਚਾਹੇ ਉਹ ਹੜ੍ਹਾਂ ਦੇ ਕਾਰਨ ਫਸਲ ਬਰਬਾਦ ਹੋਈ ਹੋਵੇ ਤੇ ਉਸਨੇ ਮੁਆਵਜ਼ੇ ਦੀ ਮੰਗ ਹੋਵੇ ਜਾਂ ਜੋ ਹੋਰ ਮੰਗਾ ਹੋਣ ਤਾਂ ਇਹਨਾਂ ਮੰਗਾ ਨੂੰ ਲੈ ਕੇ ਕਿਸਾਨਾਂ ਨੇ ਘਿਰਾਓ ਦਾ ਸੱਦਾ ਦਿੱਤਾ ਹੈ ਕਿ ਸਾਰੇ ਕਿਸਾਨ ਇਕੱਠੇ ਹੋਣ 11 ਤੋਂ 13 ਸਤੰਬਰ ਤੱਕ ਸਿਆਸੀ ਆਗੂਆਂ ਦੀਆਂ ਜੋ ਰਿਹائشਾਂ ਨੇ ਉਹਨਾਂ 'ਤੇ ਘਿਰਾਓ ਕੀਤਾ ਜਾਵੇ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਕਮਲਦੀਪ ਸਿੰਘ ਲਾਈਵ ਜੁੜੇ ਨੇ ਜੀ ਕਮਲ ਕੀ ਕੋਈ ਕੁਝ ਜਾਣਕਾਰੀ ਹੈ ਖਬਰ ਸੰਬੰਧੀ ਐ ਬਿਲਕੁਲ ਦੇਖੋ ਖਾਸ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਬੈਠਕ ਕੀਤੀ ਜਾ ਰਹੀ ਆ ਪੂਰੀਆਂ ਭਾਰਤ ਦੀਆਂ ਜੋ ਕਿਸਾਨ ਜੱਟ ਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਹੁੰਦੀਆਂ ਨੇ ਉਹਨਾਂ ਜਥੇਬੰਦੀਆਂ ਵੱਲੋਂ ਇਹ ਪੂਰੀ ਬੈਠਕ ਹੋਵੇਗੀ ਜਿਸ ਦੇ ਵਿੱਚ ਚਰਚਾ ਕੀਤੀ ਜਾਵੇ ਜੋ ਬੀਤੇ ਦਿਨੀ ਹਾਲਾਤ ਬਣੇ ਸਨ ਕਿਉਂਕਿ ਇਹ ਜੋ 22 ਤਰੀਕ ਨੂੰ ਇੱਕ ਪੱਕਾ ਮੋਰਚਾ ਲਗਾਉਣ ਦੀ 16 ਜਥੇਬੰਦੀਆਂ ਵੱਲੋਂ ਗੱਲ ਕੀਤੀ ਗਈ ਸੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੁੰਦੀਆਂ ਨੇ ਅਤੇ ਲੋਂਗੋਵਾਲ ਦੇ ਵਿੱਚ ਇੱਕ ਕਿਸਾਨ ਦੀ ਡੈਥ ਵੀ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਇੱਕ ਬੈਠਕ ਕੀਤੀ ਸੀ ਤੇ ਉਸ ਬੈਠਕ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਹੈ ਉਹ ਲਿਖੀ ਗਈ ਸੀ ਤੇ ਉਸੇ ਬੈਠਕ ਨੂੰ ਲੈ ਕੇ ਅੱਜ ਇਸ ਬੈਠਕ ਦੇ ਵਿੱਚ ਤਵਾ ਮੁੱਦਿਆਂ ਨੂੰ ਲੈ ਕੇ ਚਰਚਾ ਹੋਵੇਗੀ ਅਤੇ ਅਗਲੀ ਰਣਨੀਤੀ ਬਣਾਈ ਜਾਵੇਗੀ ਹਾਲਾਂਕਿ ਅਗਲਾ ਐਕਸ਼ਨ ਅਸ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀ ਦਿੱਤਾ ਜਾਂਦਾ ਕਿਉਂਕਿ ਇਸ ਸਮੇਂ ਹੜ੍ਹਾਂ ਦੀ ਮਾਰ ਜਿੱਥੇ ਪੰਜਾਬ ਦੇ ਵਿੱਚ ਪਈ ਆ ਤਾਂ ਉੱਥੇ ਕਿਸਾਨ ਜਿੱਥੇ ਬੰਦੇ ਵੱਲੋਂ ਲਗਾਤਾਰ ਹੜ੍ਹਾਂ ਨੂੰ ਲੈ ਕੇ ਮੰਗ ਵੀ ਕੀਤੀ ਜਾ ਰਹੀ ਹੈ ਕਿ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜੋ ਮਾਅਵਜਾ ਦਿੱਤਾ ਜਾਵੇ ਕੇਂਦਰ ਸਰਕਾਰ ਵੱਲੋਂ ਜਿਹੜਾ ਕਿ ਇੱਕ ਰਾਹਤ ਫੰਡ ਆ ਉਹ ਜਾਰੀ ਕੀਤਾ ਜਾਵੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਕਿਹੋ ਜਿਹੀ ਰਣਨੀਤੀ ਅੱਜ ਕਿਸੇ ਸੰਯੁਕਤ ਕਿਸਾਨ ਮੋਰਚਾ ਤੈਅ ਕਰਦਾ ਅੱਗੇ ਦੇ ਭੁਇਖ ਦੇ ਵਿੱਚ ਕੀ ਕੁਝ ਪਲਾਨ ਹੋਣਗੇ ਹਾਲਾਂਕਿ ਇਹ ਜੋ ਮੰਗ ਪੱਤਰ ਦੇਣ ਦੀ ਵੀ ਗੱਲ ਚੱਲੀ ਸੀ ਕਿ ਜੋ ਅ ਕੈਸਾ ਦੇ ਵੱਖ-ਵੱਖ ਵਿਧਾਇਕ ਨੇ ਉਹਨਾਂ ਨੂੰ ਮੰਗ ਪੱਤਰ ਗੋੰਪੇ ਜਾਣਗੇ ਪਰ ਉਹਨਾਂ ਮੰਗ ਪੱਤਰਾਂ ਤੋਂ ਇਲਾਵਾ ਅੱਜ ਇੱਕ ਫਾਈਨਲ ਜਿਹੜੀ ਐਕਸ਼ਨ ਆ ਐਕਸ਼ਨ ਦੀ ਕਾਲ ਦਿੱਤੀ ਜਾਵੇਗੀ ਮੀਟਿੰਗ ਤੋਂ ਬਾਅਦ ਤਕਰੀਬਨ ਕਹਿ ਸਕਦੇ ਆ 2 ਤੋਂ 3 ਵਜੇ ਜਿਹੜੀ ਮੀਟਿੰਗ ਖਤਮ ਹੋ ਸਕਦੀ ਹੈ ਉਸ ਤੋਂ ਬਾਅਦ ਪ੍ਰਸਤਾਵਤਾ ਕੀਤੀ ਜਾ ਸਕਦੀ ਹੈ ਜੀ ਜੇਕਰ ਜ਼ਿਕਰ ਕਰੀਏ ਕਮਲ ਤਾਂ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੀਆਂ ਦੇਖੋ ਇਸ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੀਆਂ 33 ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਬੈਨਰ ਹੇਠ ਹੁੰਦੀਆਂ ਨੇ ਉਸ ਤੋਂ ਇਲਾਵਾ ਆ Rajasthan ਉੱਤਰੀ ਭਾਰਤ ਦੀਆਂ ਜਾਂ ਹੋਰ ਵੱਖ-ਵੱਖ ਜੋ ਸੂਬੇ ਨੇ ਉਹਨਾਂ ਦੀਆਂ ਜੋ ਜਥੇਬੰਦੀਆਂ ਨੇ ਇਸ ਦੇ ਵਿੱਚ ਸ਼ਾਮਲ ਹੋਣੀਆਂ तकरीबन ਉਹਨਾਂ ਦੀ ਗਿਣਤੀ ਤਾਂ ਨਹੀਂ ਉਹ ਕਹਿ ਸਕਦੇ ਕਿ ਕੈਕਟਿਵ ਫਿਗਰ ਕੀ ਆ ਪਰ ਜੋ ਪੰਜਾਬ ਦੇ ਮੁੱਖ ਦੇਖਿਆ ਜਾਵੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹੋਵੇ ਇਹ ਚਾਹੇ ਕਹਿ ਸਕਦੇ ਆ ਹੋਰ ਜਿਹੜੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੋਵੇ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੁਝ ਆਗੂ ਹੁਣ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਬੈਠਕ ਕੀਤੀ ਜਾਣੀ ਆ ਤੇ ਉਹ ਜੋ 16 ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਸੀਗੀ ਉਹਨਾਂ ਤੋਂ ਬਾਅਦ ਜੋ ਹਲਾਤ ਬੜੇ ਸਾਨੂੰ ਉਹਨਾਂ ਨੂੰ ਲੈ ਕੇ ਚਰਚਾ ਹੋਣੀ ਹੈ ਰੁਲਦੂ ਸਿੰਘ ਮਾਨਸਾ ਹਰਿੰਦਰ ਸਿੰਘ ਲੋਖੋਵਾਲ ਹੁਣ ਉਸ ਤੋਂ ਇਲਾਵਾ ਆ ਦਰਸ਼ਨਪਾਲ ਸਿੰਘ ਹੁਣ ਕਈ ਆਗੂ ਨੇ ਜਿਹੜੇ ਕੀ ਇਸ ਬੈਠਕ ਦੇ ਵਿੱਚ ਕਹਿ ਸਕਦੇ ਆ ਐ ਸ਼ਾਮਲ ਹੋਣਗੇ ਕਾਦੀਆਂ ਜੂਨੀਅਨ ਹੋਵੇ ਤਾਂ ਇਹਨਾਂ ਸਾਰੀ ਜਥੇਬੰਦੀਆਂ ਵੱਲੋਂ ਇੱਕ ਅੱਜ ਸਾਂਝੇ ਫਰੰਟ ਦੇ ਤੌਰ ਤੇ ਕੋਲ ਕੈਸੇ ਦਿੱਤੀ ਜਾ ਸਕਦੀ ਹੈ ਕਿਉਂਕਿ ਇਹ ਹੁਣ ਅੱਜ ਦੀ ਬੈਠਕ ਇਸ ਕਰਕੇ ਆ ਮੈਂ ਕਿ ਇਹ ਇਕੱਲੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਬੈਠਕ ਨਹੀਂ ਹੈ ਇਸ ਬੈਠਕ ਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਦੇਸ਼ ਦੀਏ ਵੱਖ-ਵੱਖ ਸੂਬਿਆਂ ਤੋਂ ਜੋ ਕਿਸਾਨ ਜਥੇਬੰਦੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਬੜੀਆਂ ਸਨ ਜੋ ਸੰਯੁਕਤ ਕਿਸਾਨ ਮੋਰਚ ਦੇ ਬੈਨਰ ਹੇਠ ਜਿਨ੍ਹਾਂ ਨੇ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਸਭ ਤੋਂ ਵੱਧ ਕਿਸਾਨ ਜਥ ਜੋਪੀ ਇਹ ਹਰਿਆਣਾ ਰਾਜਸਥਾਨ ਜਹਾ ਮਚ ਲੈ ਇਹਨਾਂ ਇਲਾਕਿਆਂ ਤੋਂ ਸੀਗੀਆਂ ਤੇ ਉਹਨਾਂ ਜਥੇਬੰਦੀਆਂ ਦੀ ਇੱਕ ਕੈਸਾ ਦੇ ਸਾਂਝੀ ਮੀਟਿੰਗ ਹੈ ਜਿਹੜੀ ਕਿ ਅੱਜ ਹੋਣ ਜਾ ਰਹੀ ਹੈ ਤੇ ਇਸ ਸਾਂਝੀ ਮੀਟਿੰਗ ਦੇ ਬਹੁਤ ਸਾਰੇ ਅਸਰ ਕੈਸੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਈ ਦੇ ਸਕਦੇ ਨੇ ਕਿਉਂਕਿ ਇੱਕ ਸਾਂਝੇ ਫਰੰਟ ਦੇ ਤੌਰ ਤੇ ਜਿਸ ਸਮੇਂ ਮੀਟਿੰਗ ਹੁੰਦੀ ਹੈ ਤਾਂ ਦੇਸ਼ ਲੈਵਲ ਤੱਕ ਦੀ ਕੋਲ ਵੀ ਕੈਸਾ ਦੇ ਦਿੱਤੀ ਜਾ ਸਕਦੀ ਹੈ ਪਰ ਕਿਹੋ ਜੀ ਰਣਨੀਤੀ ਹੋਵੇਗੀ ਇਹ ਬੈਠਕ ਤੋਂ ਬਾਅਦ ਹੀ ਜੜਾ ਕੀਤਾ ਹੋਵੇਗਾ ਜੀ ਇੱਕ ਪਾਸੇ ਜੇ ਅਸੀਂ ਗੱਲ ਕਰੀਏ ਮੁਆਵਜ਼ਾ ਰਾਸ਼ੀ ਦੀ ਗੱਲ ਕਰਦੇ ਨੇ ਪਰ ਮੁਆਵਜ਼ਾ ਰਾਸ਼ੀ ਕਈ ਇਲਾਕਿਆਂ ਦੇ ਵਿੱਚ ਮਿਲਣੀ ਸ਼ੁਰੂ ਵੀ ਹੋ ਚੁ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੱਕ ਵੀ ਦਿੱਤੇ ਗਏ ਨੇ ਪਰ ਉੱਥੇ ਜੇਕਰ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਪਰ ਇਸ ਮੁੱਦੇ ਦੇ ਉੱਤੇ ਇਕੱਠੇ ਹੋ ਰਹੇ ਨੇ ਜਦਕਿ ਕਿਰਾਉ ਦਾ ਵੀ ਸੱਦਾ ਦਿੱਤਾ ਗਿਆ ਹੈ ਕਿ ਸਿਆਸੀ ਆਗੂਆਂ ਦਰੀ ਹਸ਼ਤਾ ਕਿਰਾਉ ਕੀਤਾ ਜਾਵੇ ਇਹ ਬਿਲਕੁਲ ਦੇਖੋ ਕਿਉਂਕਿ 11 ਤੋਂ 13 ਸਤੰਬਰ ਤੱਕ ਜੋ ਰਾਜਨੀਤਿਕ ਆਗੂ ਨੇ ਉਹਨਾਂ ਦੇ ਘਰਾਂ ਦਾ ਘਰਾਉ ਦੀ ਗੱਲ ਆਖੀ ਗਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਦੇਣ ਦੀ ਗੱਲ ਆਖੀ ਗਈ ਹੈ ਪਰ ਉਹ ਸਾਰੀਆਂ ਕੋਲਾਂ ਇੱਕ ਤਰੀਕੇ ਨਾਲ ਪੰਜਾਬ ਲੈਵਲ ਤੇ ਸੀ ਉਹਨਾਂ ਕੋਲਾਂ ਨੂੰ ਹੋ ਸਕਦਾ ਕਿ ਵਾਪਸ ਵੀ ਲਿਆ ਜਾ ਸਕਦਾ ਪਰ ਅੱਜ ਜੋ ਮੀਟਿੰਗ ਹੋਏਗੀ ਉਸ ਮੀਟਿੰਗ ਤੋਂ ਬਾਅਦ ਜੋ ਰਣਨੀਤੀ ਤਿਆਰ ਹੋਵੇਗੀ ਉਸ ਤਰੀਕੇ ਦੇ ਨਾਲ ਅਗਲਾ ਪੁਵਿੱਖਾ ਤੈਅ ਕੀਤਾ ਜਾਵੇਗਾ ਹਾਲਾਂਕਿ ਸਰਕਾਰਾਂ ਵੱਲੋਂ ਚਾਹੇ ਕੇਂਦਰ ਸਰਕਾਰ ਹੋਵੇ ਸੂਬਾ ਸਰਕਾਰ ਹੋਵੇ ਦੋਹਾਂ ਸਰਕਾਰਾਂ ਵੱਲੋਂ ਮਾਜਜਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਜਿਨ੍ਹਾਂ ਦੀ ਫਸਲ ਤਬਾਹ ਹੋਈ ਹੈ ਪਰ ਕਿਸਾਨਾਂ ਦੀ ਜੋ ਡਿਮਾਂਡ ਹੈ ਉਹ ਡਿਮਾਂਡ ਦੇ ਹਿਸਾਬ ਨਾਲ ਮਾਜਜਾ ਨਹੀਂ ਮਿਲ ਰਿਹਾ ਕਿਉਂਕਿ ਕਿਸਾਨਾਂ ਦੀ ਗੱਲ ਸਿੱਧੇ ਤੌਰ ਤੇ ਡਿਮਾਂਡ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਜਜੇ ਦੀ ਹੈ ਉਸ ਤੋਂ ਇਲਾਵਾ ਜੋ ਪਸ਼ੂਆਂ ਦੀ ਡੈਥ ਹੋਈ ਹੈ ਇਸ ਦੇ ਦੌਰਾਨ ਉਹਨਾਂ ਦੇ ਮੁਆਵਜ਼ੇ ਦੀ ਗੱਲ ਹੋਵੇ ਉਸ ਤੋਂ ਇਲਾਵਾ ਆ ਇੱਕ ਆਰਥਿਕ ਪੈਕੇਜ ਹੈ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦੇਣ ਦੀ ਮੰਗ ਹੋਵੇ ਚਾਹੇ ਹਿਮਾਚਲ ਨੂੰ ਦੇਣ ਦੀ ਮੰਗ ਹੋਵੇ ਇਹਨਾਂ ਕਿਸਾਨ ਜਿੱਥੇ ਬੰਦਿਆਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿਤਨੇ ਕਿਤੇ ਕੁਝ ਭੇਦ ਜਿਹੜੇ ਨੇ ਇਹ ਜਾ ਕੇ ਤਕਰਾਰ ਮੁੱਦਿਆਂ ਨੂੰ ਲੈ ਕੇ ਜਾਂ ਮੰਗਾਂ ਨੂੰ ਲੈ ਕੇ ਕਹਿ ਸਕਦੇ ਹਾਂ ਜਰੂਰ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਹੈ ਪਰ ਉਸ ਨੂੰ ਲੈ ਕੇ ਕਿਸਾਨ ਲਗਾਤਾਰ ਡਟੇ ਹੋਏ ਨੇ ਕਿ ਅੜੇ ਹੋਏ ਨੇ ਕਿ ਅਸੀਂ ਉਹ ਆਪਣੀਆਂ ਮੰਗਾਂ ਮਨਵਾ ਕੇ ਹਟਾਂਗੇ ਪਰ ਉਹ ਮੰਗਾਂ ਮਨਵਾਉਣ ਦੇ ਲਈ ਕਿਹੋ ਜਿਹੀ ਪਲੈਨ ਹੁੰਦੀ ਹੈ ਕਿ ਟੇਬਲ ਟॉक ਦਾ ਕੋਈ ਰਾਹਤ ਨਿਕਲੇਗਾ ਜਾਂ ਸੰਘਰਸ਼ ਦਾ ਰਾਹਤ ਨਿਕਲੇਗਾ ਕਿਉਂਕਿ ਕਿਸਾਨ ਲਗਾਤਾਰ ਸੰਘਰਸ਼ ਕਰਦੇ ਆ ਰਹੇ ਨੇ ਉਹ ਸਭ ਕੁਝ ਅੱਜ ਦੀ ਮੀਟਿੰਗ ਦੇ ਵਿੱਚ ਕਰਕੇ ਤੈਅ ਕੀਤਾ ਜਾਵੇਗਾ ਤੇ ਜੀ ਜੇਕਰ ਅੱਜ ਦੀ ਮੀਟਿੰਗ ਦੇ ਵਿੱਚ ਕਮਲ ਕਾ ਗੱਲ ਕਰੀਏ ਤਾਂ ਕੋਈ ਸੱਤੇ ਦੇ ਜਿਹੜੀ ਕਿਸਾਨ ਜਦੋਂ ਵੰਧੀਆਂ ਨਿਕਲਦੀਆਂ ਨੇ ਤਾਂ ਕੀ ਇਸ ਦੇ ਵੀ ਅਸਾਰ ਨਹੀਂ ਕਿ ਜੋ ਘਰਾਓ ਦੀ ਗੱਲ ਕਹੀ ਜਾ ਰਹੀ ਉਸ ਪਲਾਨ ਨੂੰ ਰੱਦ ਕਰ ਦਿੱਤਾ ਜਾਵੇ ਬਿਲਕੁਲ ਦੇਖੋ ਕਿਉਂਕਿ ਮੈਂ ਮੀਟਿੰਗ ਦੇ ਵਿੱਚ ਹਰੇਕ ਜੋ ਆਗੂ ਨੇ ਹਰੇਕ ਜਥੇਬੰਦੀ ਨੇ ਆਪੋ ਆਪਣੇ ਜਵਾਬ ਦੇ ਰਹੇ ਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਦੇਖਿਆ ਜਾਵੇ ਇਹ ਹਰੇਕ ਇਲਾਕੇ ਦੇ ਵਿੱਚ ਇੱਕ ਇੱਕ ਜਥੇਬੰਦੀ ਹੈ ਜਿਹੜੀ ਕਿ ਇਹ ਆਪਣੇ ਆਪ ਦਾ ਪ੍ਰਭਾਵ ਛੱਡਦੀ ਹੈ ਚਾਹੇ ਕਾਦੀਆਂ ਯੂਨੀਅਨ ਹੋਵੇ ਚਾਹੇ ਲਖੋਵਾਲ ਯੂਨੀਅਨ ਹੋਵੇ ਚਾਹੇ ਕ੍ਰਾਂਤੀਕਾਰੀ ਯੂਨੀਅਨ ਹੋਵੇ ਇਹ ਚਾਹੇ ਕਿਸੇ ਹੋਰ ਵੱਖ-ਵੱਖ ਤਵਾਮ ਜਥੇਬੰਦੀਆਂ ਨੇ ਉਹ ਜਥੇਬੰਦੀਆਂ ਆਪੋ ਆਪਣਾ ਸੰਘਰਸ਼ ਲੀਕਦੀਆਂ ਨੇ ਉਸ ਤੋਂ ਇਲਾਵਾ ਆ ਜੋ ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਬੈਠਕਾ ਉਸ ਦੇ ਵਿੱਚ ਹਰੇਕ ਜਥੇਬੰਦੀ ਨੇ ਆਪਣਾ ਜੋ رائے ਆ ਆਪਣੀ ਸਲਾਹ ਦੇਣੀ ਆ ਤੇ ਉਹ ਸਾਰੀਆਂ ਸਲਾਹਾਂ ਇਕੱਠੀਆਂ ਕਰਕੇ ਇੱਕ ਕਾਲ ਦਿੱਤੀ ਜਾਣੀ ਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੰਘਰਸ਼ ਦਾ ਪਲਾਨ ਭਾਰਤ ਜੋ ਸੰਜੁਕਤ ਕਿਸਾਨ ਮੋਰਚਾ ਭਾਰਤ ਕਰਦਾ ਤੋ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਜੋ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਉਹ ਆਪਣੀ ਕੋਲ ਵਾਪਸ ਲੈ ਸਕਦੀਆਂ ਨੇ ਪਰ ਫਿਲਹਾਲ ਦੀ ਘੜੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦੀ ਬੈਠਕ ਤੋਂ ਬਾਅਦ ਹੀ ਅਗਲਾ ਸੰਘਰਸ਼ ਤੈਅ ਹੋਵੇਗਾ ਜੋ ਬਾਕੀ ਮੰਗਾਂ ਦੀ ਗਾਇਕ ਕੀਤੀ ਜਾ ਰਹੀ ਹੈ ਕਹਿ ਸਕਦੇ ਹਾਂ ਕਿ ਮੁਆਵਜ਼ਾ ਰਾਸ਼ੀ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜਿੱਤੇ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਦੀ ਪੂਰਤੀ ਹੋਵੇ देखो खास तौर पे जिस समय भी ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਬਹੁਤ ਸਾਰੀਆਂ ਮੰਗਾਂ ਚਾਹੇ ਕਿ ਜੋ ਕਿਸਾਨੀ ਅੰਦੋਲਨ ਚੱਲਿਆ ਉਸ ਦੇ ਵਿੱਚ ਮੰਗਾਂ ਮੰਨੀਆਂ ਗਈਆਂ ਪਰ ਉਹਨਾਂ ਦਾ ਹਜੇ ਤੱਕ ਕਈਆਂ ਦਾ ਹੱਲ ਨਹੀਂ ਨਿਕਲਿਆ ਉਹ ਮੰਗਿਆਂ ਨੂੰ ਲੈ ਕੇ ਵੀ ਲਗਾਤਾਰ ਜੋ ਮੰਗ ਪੱਤਰ ਹੈ ਕਿਸਾਨਾਂ ਵੱਲੋਂ ਉਹ ਚਾਹੇ ਰਾਜਪਾਲ ਹੋਰਾਂ ਦੇ ਨਾਮ ਚਾਹੇ ਰਾਸ਼ਟਰਪਤੀ ਹੋਰਾਂ ਦੇ ਨਾਮ ਭੇਜੇ ਜਾਂਦੇ ਨੇ ਉਸ ਤੋਂ ਇਲਾਵਾ ਜੋ ਹਾਰਡ ਆਏ ਨੇ ਮਾਰਜ ਦੀ ਮੰਗ ਹੋਵੇ ਇਹ ਜੋ ਆਰਥਿਕ ਪੈਕੇਜ ਦੀ ਗੱਲ ਹੋਵੇ ਸੁਆਮੀ ਨਾਥਰ ਕਮਿਸ਼ਨ ਦੀ ਰਿਪੋਰਟ ਦੀ ਗੱਲ ਹੋਵੇ ਐਮਐਸਪੀ ਦੀ ਗੱਲ ਹੋਵੇ ਇਹਨਾਂ ਸਾਰੀਆਂ ਮੰਗਾਂ ਨੇ ਕਿਉਂਕਿ ਐਮਐਸਪੀ ਨੂੰ ਲੈ ਕੇ ਕਿਸਾਨ ਪਿੱਲੇ ਦਿਨ ਤੋਂ ਸੰਘਰਸ਼ ਕਰ ਰਿਹਾ ਕਿ ਇਹ ਉਹਨਾਂ ਸਾਰੀਆਂ ਫਸਲਾਂ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਤਾਂ ਕਿ ਕਿਸਾਨ ਦੀ ਫਸਲ ਸੁਰੱਖਿਅਤ ਹੋ ਸਕੇ ਕਿ ਉਸ ਦਾ ਰੇਟ ਘੱਟੋ ਘੱਟ ਸਮਰਥਨ ਮੁੱਲ ਉਸ ਦੀ ਫਸਲ ਨੂੰ ਮਿਲੇ ਕਿਉਂਕਿ ਜੋ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਸੈਕਟਰ ਦੇ ਵਿੱਚ ਉਸ ਨੂੰ ਦਾ ਨੁਕਸਾਨ ਨਾ ਹੋ ਨੂੰ ਲੈ ਕੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਮੰਗਾਂ ਨੇ ਸਵਾਮੀ ਨਥਨ ਦੀ ਰਿਪੋਰਟ ਲਗਾਤਾਰ ਲਾਗੂ ਕਰਨ ਦੀ ਮੰਗ ਹੈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਜਿਸ ਦੇ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਉਸ ਤੋਂ ਇਲਾਵਾ ਹੋਰ ਮੰਗਾਂ ਨੇ ਇਹ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਕੀ ਕਹਿ ਸਕਦੇ ਆ ਅੱਜ ਦੀ ਚਰਚਾ ਹੋਵੇਗੀ ਇਸ ਤੋਂ ਪਹਿਲਾਂ ਵੀ ਜੋ ਮੰਗ ਪੱਤਰ ਗਏ ਨੇ ਹੋ ਸਕਦਾ ਕਿਸਾਨੀ ਅੰਦੋਲਨ ਦੇ ਵਿੱਚ ਜੋ ਮੁੱਦਿਆਂ ਦੇ ਹੱਲ ਹੋਏ ਆ ਤੇ ਜੋ ਮੁੱਦੇ ਪੈਂਡਿੰਗ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਅੱਜ ਦੀ ਚਰਚਾ ਹੋ ਸਕਦੀ ਹੈ ਪਰ ਖਾਸ ਤੌਰ ਤੇ ਜੋ ਹਾਲਾਤ ਬਣੇ ਹੜਾਂ ਤੋਂ ਬਾਅਦ ਹਾਲਾਤ ਬੜੇ ਲੋਂਗੋਵਾਲ ਦੇ ਵਿੱਚ ਜੋ ਹਾਲਾਤ ਬਣੇ ਕਿਸਾਨਾਂ ਦੇ ਨਾਲ ਉਹਨਾਂ ਨੂੰ ਲੈ ਕੇ ਅਹਿਮ ਚਰਚਾ ਜਿਹੜੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਦਿਖਾਈ ਦੇਵੇ ਜੀ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਕਮਲ